sit out there. Hello. ਠੀਕ ਹੈ ਜੀ। ਐਸ ਐਸ ਪੀ ਸਾਹਿਬ ਸਰਦਾਰ ਨਵਜੋਤ ਸਿੰਘ ਵਾਲ ਜੀ ਦੀ ਇਹ ਨਿਗਰਾਨੀ ਹੇਠ ਇਹ ਸਪੈਸ਼ਲ ਚੈਕਿੰਗ ਚੱਲ ਰਹੀ ਹੈ। ਅਸੀਂ ਸਵੇਰੇ ਮੋਰਨਿੰਗ ਜਿਹੜੀਆਂ ਅਰਲੀ ਮੋਰਨਿੰਗ ਬੱਸਿਸ ਦੀ ਚੈਕਿੰਗ ਚੱਲ ਰਹੀ ਸੀ ਔਰ ਡੀ ਐਸ ਪੀ ਚੀਮਾ ਜਿਹੜੇ ਸਿਟੀ ਦੇ ਨੇ ਔਰ ਐਸ ਐਚ ਓ ਵਿਨੋਦ ਸਦਰ ਥਾਣੇ ਦੇ ਇਹਨਾਂ ਦੀ ਟੀਮ ਨੇ ਅਰਲੀ ਮੋਰਨਿੰਗ ਜਦੋਂ ਬੱਸਾਂ ਦੀ ਚੈਕਿੰਗ ਕਰ ਰਹੇ ਸੀਗੇ ਅਤੇ ਉਹ ਇੱਕ ਬੱਸ 'ਚੋਂ ਇੱਕ ਬੰਦਾ ਸ਼ੱਕੀ ਮਿਲਿਆ। ਇਹਨਾਂ ਨੇ ਚੈਕਿੰਗ ਦੌਰਾਨ ਦੇਖਿਆ ਵੀ ਇਹਦੇ ਕੋਲ ਕੁਛ ਲੱਗਦਾ, ਫਿਰ ਉਹਨੂੰ ਜਦੋਂ ਥੋਰਲੀ ਚੈਕਿੰਗ ਕੀਤੀ ਉਹਦੇ ਕੋਲੋਂ ਚਾਂਦੀ ਮਿਲੀ ਹੈ ਜੋ 18 ਕਿਲੋ ਦੇ ਕਰੀਬ ਹੈ। ਔਰ ਚਾਂਦੀ ਬਾਰੇ ਜਦੋਂ ਉਹਨੂੰ ਪੁੱਛਿਆ ਗਿਆ ਵੀ ਇਹਦਾ ਕੋਈ ਦਿਖਾਓ ਤੁਸੀਂ ਕਿੱਥੋਂ ਲੈ ਕੇ ਆਏ ਹੋ, ਉਹ ਕੋਈ ਉਹਨੇ ਬਿੱਲ ਨਹੀਂ ਪੇਸ਼ ਕੀਤਾ ਨਾ ਉਹ ਕੋਈ ਕੁਛ ਸੀਗਾ, ਉਹ ਸਾਰੀ ਫਿਰ ਸ਼ੱਕੀ ਹੋਣ ਕਰਕੇ ਉਹ ਸਾਰੀ ਉਹ ਜਿਹੜੀ ਚਾਂਦੀ ਸੀਗੀ ਉਹ ਪੁਲਿਸ ਨੇ ਕਬਜ਼ੇ ਲੈ ਲਈ ਹੈ ਔਰ ਉਹਨੂੰ ਬੰਦੇ ਨੂੰ ਵੀ ਰਾਊਂਡ ਅਪ ਕਰ ਲਿਆ ਹੈਗਾ। ਔਰ ਇਹਦੇ 'ਚ ਜਿਹੜਾ ਇਨਕਮ ਟੈਕਸ ਵਿਭਾਗ ਹੈਗਾ ਉਹਨਾਂ ਨੂੰ ਅਸੀਂ ਇੰਟੀਮੇਸ਼ਨ ਦੇ ਦਿੱਤੀ ਹੈ, ਉਹ ਵੀ ਸਾਡੇ ਇੱਥੇ ਆ ਰਹੇ ਨੇ ਥਾਣੇ ਵਿੱਚ ਔਰ ਜੋ ਫਰਦਰ ਕਾਰਵਾਈ ਫਿਰ ਉਹ ਸਾਰੀ ਇਹ ਦਿੱਲੀ ਤੋਂ ਲੈ ਕੇ ਆ ਰਿਹਾ ਸੀਗਾ, ਇਹ ਹੁਣ ਜਲੰਧਰ ਇਹਨੇ ਜਾਣਾ ਸੀਗਾ। ਬਾਕੀ ਅਸੀਂ ਥੋਰੋਲੀ ਇਹਨੂੰ ਕੋਸ਼ਿਸ਼ ਵੀ ਕਰ ਰਹੇ ਹਾਂ, ਬਾਕੀ ਮੇਨ ਇਨਕਮ ਟੈਕਸ ਵਾਲੇ ਸਾਰਾ ਇਹਦਾ ਜਾਂਚ ਕਰਨਗੇ। ਇਹ ਦੇਖੋ ਜੀ ਫਸਟ ਟਾਈਮ ਅਸੀਂ ਇਹਨੂੰ ਫੜਿਆ ਹੈਗਾ, ਬਾਕੀ ਅਸੀਂ ਫਰਦਰ ਜੀ ਕਰ ਰਹੇ ਹਾਂ ਜੀ ਹੋਰ ਕਿੰਨੀ ਵਾਰੀ ਲੈ ਕੇ ਆਇਆ ਕਿੱਥੇ ਲੈ ਕੇ ਆਇਆ ਉਹ ਅਸੀਂ ਫਰਦਰ ਅਸੀਂ ਕਰਾਂਗੇ, ਇਹਦੇ ਬਾਰੇ ਫਿਰ ਜੋ ਵੀ ਆਊਟਕਮ ਹੋਈ ਤੁਹਾਨੂੰ ਦੱਸਦਾ। ਕੀਮਤ ਇਹਦੀ ਜੀ 8-9 ਲੱਖ ਦੇ ਕਰੀਬ ਹੈਗੀ ਹੈ ਉਹ ਚਾਂਦੀ ਦੀ, ਕਰੀਬ ਇੰਨੇ ਕੁ ਦੇ ਕਰੀਬ ਹੈਗੀ ਆ। ਨਹੀਂ ਪਹਿਲਾਂ ਅਜੇ ਤੱਕ ਇਹਦੇ ਖਿਲਾਫ਼ ਕੋਈ ਪਰਚੇ ਬਾਰੇ ਕੋਈ ਸਾਨੂੰ ਨਹੀਂ ਪਤਾ ਲੱਗਾ, ਬਾਕੀ ਫਿਰ ਵੀ ਅਸੀਂ ਚੈੱਕ ਕਰ ਰਹੇ ਹਾਂ। ਹਿਮਾਚਲ ਦਾ ਇਹ ਬੇਸਿਕਲੀ ਹਿਮਾਚਲ ਦਾ ਹੈਗਾ ਔਰ ਜਲੰਧਰ ਕਿਸੇ ਦੇ ਨਾਲ ਦੁਕਾਨ ਤੇ ਲੱਗਾ ਹੋਇਆ ਉੱਥੇ ਫਿਰ ਜਾ ਰਿਹਾ ਸੀਗਾ, ਉਹ ਸਾਰਾ ਅਸੀਂ ਕਰ ਰਹੇ ਹਾਂ ਚੈੱਕ। ਇਹ ਐਕਚੁਲੀ ਲੈ ਕੇ ਜਾ ਰਿਹਾ ਸੀ ਕਿਸੇ ਦੇ ਦੁਕਾਨ ਤੇ ਲੱਗਾ ਹੈਗਾ, ਉਹ ਅੱਗੋਂ ਹੁਣ ਅਸੀਂ ਕਰ ਰਹੇ ਹਾਂ ਜੀ ਇਨਵੈਸਟੀਗੇਸ਼ਨ ਵੀ ਇਹ ਖੁਦ ਮਾਲਕ ਹੈਗਾ ਜਾਂ ਕੀ ਹੈਗਾ, ਕਿਉਂਕਿ ਬੰਦਾ ਛਾਤਰ ਕਿਸਮ ਦਾ ਹੈਗਾ ਕੋਈ ਸੱਚਾਈ ਨਹੀਂ ਦੱਸ ਰਿਹਾ, ਹੁਣ ਸਾਰਾ ਵੇਖ ਰਹੇ ਹਾਂ ਅਸੀਂ ਵੀ ਇਹ ਖੁਦ ਮਾਲਕ ਆ ਜਾਂ ਅੱਗੇ ਕਿਸਮ ਦੇ ਰਿਹਾ ਸੀ, ਉਹ ਸਾਰਾ ਅਸੀਂ ਵੈਰੀਫਾਈ ਕਰਾਂਗੇ। ਉਹਦੇ 'ਚ ਜੋ ਵੀ ਅਗਲੀ ਕਾਰਵਾਈ ਉਹ ਅਸੀਂ ਇਨਕਮ ਟੈਕਸ ਵਾਲਿਆਂ ਨੂੰ ਵੀ ਦੱਸ ਦਾਂਗੇ, ਅਸੀਂ ਆਪਣੇ ਲੈਵਲ 'ਤੇ ਵੀ ਅਸੀਂ ਕਰ ਦਿੱਤਾ। ਇਹਦੇ 'ਚ ਐਕਚੁਲੀ ਪਰਚਾ ਦਰਜ ਨਹੀਂ ਹੁੰਦਾ, ਇਹ ਸਾਡਾ ਇਹ 'ਚ ਹੁੰਦਾ ਵੀ ਅਸੀਂ ਡੀ ਡੀ ਆਰ ਪਾਉਣੀ ਹੁੰਦੀ ਹੈ, ਡੀ ਡੀ ਆਰ ਪਾ ਕੇ ਅਸੀਂ ਇਹ ਕਬਜ਼ੇ ਲੈ ਲਿਆ, ਇਨਕਮ ਟੈਕਸ ਵਿਭਾਗ ਨੂੰ ਅਸੀਂ ਇਨਫੋਰਮੇਸ਼ਨ ਦੇ ਦਿੱਤੀ ਹੈ, ਉਹ ਫਿਰ ਆ ਰਹੇ ਨੇ, ਉਹ ਫਿਰ ਆਪਣੇ ਤਰੀਕੇ ਨਾਲ ਇਹਦੀ ਕਾਰਵਾਈ ਕਰਨਗੇ ਵੀ ਇਹ ਲੀਗਲ ਆ ਇਲੀਗਲ ਆ, ਉਹ ਚੈੱਕ ਕਰਨਗੇ। ਲੀਗਲਿਟੀ ਬਾਰੇ ਤਾਂ ਪਤਾ ਲੱਗ ਗਿਆ ਕੋਈ ਬਿੱਲ ਹੈ ਨਹੀਂ ਇਹਨਾਂ ਕੋਲ, ਇਹ ਜ਼ਾਹਰ ਆ ਵੀ 2 ਨੰਬਰ 'ਚ ਲੈ ਕੇ ਆਏ ਆ ਟੈਕਸ ਪਹੁੰਚਾਉਣ ਦੀ ਖਾਤਰ, ਔਰ ਇਹਨਾਂ ਨੂੰ ਜੋ ਵੀ ਉਹਨਾਂ ਨੇ ਫਾਈਨ ਲਾਉਣਾ ਜੋ ਵੀ ਕਰਨਾ ਹੈ ਉਹਨਾਂ ਨੂੰ ਕੀ ਉਹਨਾਂ ਨੇ ਅੱਗੇ ਫਰਦਰ ਕਾਨੂੰਨੀ ਕਾਰਵਾਈ ਕਰਨੀ ਆ, ਉਹਨਾਂ ਨੇ ਜੋ ਵੀ ਸਾਨੂੰ ਲਿਖ ਕੇ ਦੇਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ। ਇਸ ਸੰਬੰਧ ਵਿੱਚ ਅਸੀਂ ਇਹਨੂੰ ਸ਼੍ਰੀ ਜਿਹੜਾ ਹੈਗਾ ਆਪਣਾ ਬਾਲ ਮਾਲਕ ਹੈਗਾ ਜੀਵਨ ਕੁਮਾਰ, ਇਹਨੂੰ ਅਸੀਂ ਟੈਂਸ਼ਨ ਤੋਂ ਦੇ ਦਿੱਤਾ। ਤਕਰੀਬਨ ਇਹਦੇ ਕੋਲ 17 ਕਿਲੋ ਚਾਂਦੀ ਜਿਹੜੀ ਹੈਗੀ ਆ ਉਹ ਬਿਨਾਂ ਕਿਸੇ ਦਸਤਾਵੇਜ਼ ਤੋਂ ਪਾਈ ਗਈ ਹੈ, ਅਤੇ ਤਕਰੀਬਨ ਅੰਦਾਜ਼ਨ ਕੀਮਤ ਜਿਹੜੀ ਹੈਗੀ ਹੈ ਚਾਂਦੀ ਦੀ 6,60,000 ਰੁਪਏ ਹੈਗੀ ਹੈ। ਅਤੇ
ਇਸ ਕੋਲ ਇੱਕ ਬਿੱਲ ਨੰਬਰ ਜਿਹੜਾ ਹੈਗਾ 311 ਮਿਤੀ 1 ਦਸੰਬਰ 2017 ਜੋ ਕਿ ਦਿੱਲੀ ਤੋਂ ਜਲੰਧਰ ਦਾ ਬਣਿਆ ਹੋਇਆ ਪਾਇਆ ਗਿਆ। ਇਹਦੇ ਵਿੱਚ ਜਿਹੜਾ ਬਿੱਲ ਬਣਿਆ ਉਹ ਤਕਰੀਬਨ 1 ਕਿਲੋ 15 ਗ੍ਰਾਮ kg ਦਾ ਬਣਿਆ ਜਿਹਦੀ ਕੀਮਤ 40,600 ਹੈਗੀ ਹੈ ਅਤੇ ਬਾਕੀ 17 ਕਿਲੋ ਤਕਰੀਬਨ ਜਿਹੜਾ ਹੈ ਉਹ ਬਿਨਾਂ ਦਸਤਾਵੇਜ਼ ਤੋਂ ਹੈਗਾ। ਹੁਣ ਇਹਦੇ 'ਚ ਐਜ਼ ਪਰ GST ਲਾਅ ਪੈਨਲਟੀ ਇਹਦੇ 'ਚ ਜਿਹੜਾ ਟੈਕਸ ਹੈਗਾ ਟੋਟਲ GST 3% ਆ ਜਿਹਦੇ 'ਚੋਂ 1.5% SGST ਹੈ 1.5% CGST ਹੈਗਾ ਅਤੇ ਪੈਨਲਟੀ 129(1)(a) ਦੇ ਅਧੀਨ ਜਿਹੜੀ ਹੈਗੀ ਆ ਉਹ ਟੈਕਸ ਦਾ 100% ਪੈਨਲਟੀ ਲੱਗਦੀ ਹੈਗੀ ਆ ਅਤੇ ਤਕਰੀਬਨ ਜਿਹੜੀ ਹੈਗੀ ਆ ਇਹਦੇ ਉੱਪਰ ਪੈਨਲਟੀ 39,600 ਦੇ ਕਰੀਬ ਵਸੂਲ ਕੀਤੀ ਜਾਏਗੀ।